ਕਿ ਇਹਦਾ ਅੰਦਾਜ਼ ਵੱਖਰਾ ਹੈ। ਆਓ ਕੋਟਲੀ ਵਾਲਾ ਜੀਤ, ਬਾਕੇ ਪੁਰਾਣੇ ਵਾਲਾ ਪ੍ਰੀਤ, ਫਤਿਹਗੜ੍ਹੀਆ ਅੰਮ੍ਰਿਤ ਤਿਆਰ ਵਰ ਤਿਆਰ ਨੇ। ਹੁਣ ਚਾਰ ਨੇ, ਹੁਣ ਚਾਰਾਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰਦਾ ਪਹਿਲੀ ਰੇਡ, ਹੁਣ ਵੇਖਦਾ ਵੀ ਕੋਟਲੀ ਵਾਲਾ ਜੀਤ ਤੇ ਦੂਜੇ ਪਾਸੇ ਤੋਤੇ ਵਾਲਾ। ਧਰਤੀ ਦਾ ਇੱਕ ਪਾਸੇ ਸੋਨੂੰ ਰਾਜਪੁਰੇ ਵਾਲਾ, ਆਹ ਡੱਗੋ ਵਾਲੇ ਨੂੰ ਟੱਚ ਕਰਕੇ ਨੰਬਰ ਰੇਡਰ ਦਾ ਹਰਿਆਣੇ ਕਾ ਛੋਰਾ ਰਵੀ ਦਿਓਰਾ, ਜਿਹੜਾ ਕਹਿੰਦੇ ਰਾਗ ਨੀ ਵੀ ਵਧੀਆ ਗਾਉਂਦਾ ਸ਼ਿੰਨੂ ਵਾਂਗੂ, ਕਬੱਡੀਆਂ ਵੀ ਸੋਹਣੀਆਂ ਪਾਉਂਦਾ ਹੈ। ਆਹ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀਆਂ ਵਿੱਚੋਂ। ਹੁਣ ਪ੍ਰੀਤ ਨਾਲ ਜੀਤ ਕੋਟਲੀ ਵਾਲਾ ਮੁਕਾਬਲਾ, ਮੁਕਾਬਲਾ ਦੁੱਲੇ ਦੀਆਂ ਕਹਿੰਦੇ ਤਿੰਨ ਕਬੱਡੀਆਂ ਸਾਰੇ ਐਨ ਆਰ ਆਈ ਭਰਾਵਾਂ ਵੱਲੋਂ 3000 ਦੀਆਂ। ਮੇਰੇ ਵੀਰੋ ਆ ਗਿਆ ਤੁਹਾਡਾ ਆਪਣਾ ਦੁੱਲਾ, ਬੱਗੇ ਪਿੰਡ ਵਾਲਾ ਦੁੱਲਾ ਕਬੱਡੀ ਪਾ ਰਿਹਾ ਹੈ। ਬੱਗੇ ਪਿੰਡ ਬੜਾ ਮਸ਼ਹੂਰ ਹੈ, ਦੁਨੀਆਂ ਦੇ ਵਿੱਚ ਨਾਮ ਹੈ। ਆਓ ਸਾਹਮਣੇ ਚਾਰ ਜਾਫੀ ਨੇ, ਸ਼ਾਹਕੋਟ ਦਾ ਇਲਾਕਾ ਹੈ। ਔਰ ਚਾਰਾਂ ਦੇ ਵਿੱਚੋਂ ਵੇਖਣਾ ਵੀ ਕੌਣ ਡੱਗੋ ਰਮਾਣੇ ਦੀ ਟੀਮ ਦਾ, ਇੱਕ ਪਾਸੇ ਹਰਿਆਣੇ ਵਾਲਾ ਪਿਆਰ ਨਾਲ ਨਿੱਕੂ ਕਲਿਆਣ ਤੇ ਹਲਕਾ ਜਿਹਾ ਟੱਚ। ਕਹਿੰਦੇ ਆਪਣੇ ਪੁੱਛ ਮੁੰਡੇ ਦਾ ਪਿੰਡ ਕਿਹੜਾ ਹੈ? ਲੈ ਸੋਨੂੰ ਰਾਜਪੁਰੇ ਵਾਲਾ ਹੈ, ਕਹਿੰਦੇ ਜੀ ਨੇ ਤਕੜਾ ਨੰਬਰ ਹੈ ਆਪਣੀ ਟੀਮ ਦੇ ਲਈ। ਪਰ ਦੁੱਲੇ ਨੇ ਕਹਿੰਦੇ ਸੋਨੂੰ ਨੂੰ ਟੱਚ ਕਰਕੇ ਤਕੜਾ ਨੰਬਰ ਜਿਹੜਾ ਜੋੜਿਆ ਆਪਣੀ ਟੀਮ ਦੇ ਲਈ। ਲੈ ਸੰਦੀਪ ਦੋਦੇ ਵਾਲਾ, ਸੰਦੀਪ ਦੋਦੇ ਵਾਲਾ ਤਖਤ ਉੱਪਰ ਦੇ ਸੁੱਖੇ ਧਾਰੀ ਆਲੂ ਮਾਣ ਹੈ। ਆਹ ਮੁੰਡੇ ਦੀ ਖੇਡ ਦੇ ਪਿੰਡੇ ਵਰਾਰ ਵੀ ਚੰਗੀਆਂ ਨੇ, ਮਾਣੇ ਜੀਤੇ ਦੀ ਟੀਮ ਦੇ ਲਈ ਖੇਡਦਾ। ਆਹ ਕਬੱਡੀ ਪਾਉਣ ਦੇ ਲਈ ਸੰਦੀਪ ਦੋਦੇ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀਆਂ ਵਿੱਚੋਂ। ਹੁਣ ਕਿਹੜਾ ਖਿਡਾਰੀ ਪ੍ਰੀਤ ਲਾਓ ਸਾਹਮਣੇ, ਅਮਰਤ ਨਵਜਨ ਫਤਿਹਗੜ੍ਹ ਛੰਨਾ ਵਾਲਾ ਤੇ ਪੁਆਇੰਟ ਦੋਦੇ ਵਾਲੇ ਨਾਲ ਬਚ ਕੇ ਮੋੜ ਤੋਂ। ਹੁਣ ਤੇ ਧੁੰਦ ਹੈ, ਬਚ ਕੇ ਮੋੜ ਤੋਂ ਜੋਤਾ ਮਹਿਮਦ ਵਾਲੀ ਆ। ਥੱਬੇ ਥੱਬੇ ਦੇ ਪੱਟ ਨੇ ਕਿ ਪੱਟਾਂ ਦੇ ਨਾਲ ਪੱਟ ਨੇ ਖੇਡੇ, ਟੋਲਿਆਂ ਨੂੰ ਯਾਰ ਹੱਥ ਨਹੀਂ ਪੈਂਦੇ। ਇਹ ਕਿਹੜੇ ਪਿੰਡ ਦਾ ਗੱਭਰੂ? ਲੋਕੀ ਉਂਗਲਾ ਕਰ ਕਰ ਪੁੱਛਦੇ ਹੈ। ਗੱਜ 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 ਚੌੜੀਆਂ ਗੱਜ 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 ਆਹ ਸਿਰਾ ਲਾਤਾ ਹੋਏ ਡੱਗੋ ਵਾਲਿਆ, ਆਹ ਢੋਲ ਮਾਰ ਕੇ ਪਲਟਾ ਤਾ ਹੋਏ ਡੱਗੋ ਵਾਲਿਆ। ਦਵਿੰਦਰ ਠੇਕੇਦਾਰ ਇੰਗਲੈਂਡ ਤੋਂ ਹੈ ਕਿ ਕੱਢਣਾ ਰੁਮਾਲ ਦੇ ਗਏ ਆਪ ਬਹਿ ਗਏ ਬਲੈਟ ਵਿੱਚ ਜਾ ਕੇ। ਆਓ ਸਾਹਮਣੇ ਤਗੜਾ ਮੈਚ, ਬੱਗੇ ਪਿੰਡ ਵਾਲਾ ਦੁੱਲਾ ਆ ਗਿਆ। ਦੁੱਲੇ ਦੀ ਕਹਿੰਦੇ 3000 ਦੀ ਕਬੱਡੀ ਹੈ, ਬੱਗੇ ਪਿੰਡ ਵਾਲਾ ਦੁੱਲਾ ਬਹੁਤ ਦੁੱਲਿਆ ਕਬੱਡੀ ਪਾ ਰਿਹਾ। ਚਾਰ ਜਾਫੀ ਤਿਆਰ ਨੇ, ਰਾਜਪੁਰੇ ਵਾਲਾ ਹੁਣ ਵੇਖਣਾ ਜਾਂ ਫਿਰ ਕਲਿਆਣਾ ਵਾਲੇ ਨਿੱਕੂ ਨੇ ਜਲਾਲ ਵਾਲੇ ਮਨੀ ਕੋਲੇ ਕੀਤੀ ਮਿਹਨਤ। ਆਓ ਸਾਹਮਣੇ ਡੱਗੋ ਵਾਲਾ ਸ਼ਰਮਾ, ਹੁਣ ਨਿੱਕੂ ਕਲਿਆਣਾ ਦੇ ਲਈ ਪੁੱਜਦਾ ਕਰਦੇ ਆ। ਹੁਣ ਰਾਮੋਲੀਆ ਜੱਗੀ ਚੇਅਰਮੈਨ ਨਿਊਜ਼ੀਲੈਂਡ ਫੈਡਰੇਸ਼ਨ ਦਾ ਉਚੇਚੇ ਤੌਰ ਤੇ ਮਾਨਵਾ ਸਪੋਰਟਸ ਕਲੱਬ ਵਾਲਾ ਪੁੱਜਿਆ ਹੋਇਆ। ਇੱਕ ਪਾਸੇ ਕਹਿੰਦੇ ਗੱਭਰੂ ਜੀਤ ਕੋਟ ਲਈ ਆ, ਔਰ ਦੂਜੇ ਪਾਸੇ ਤੋਤੇ ਵਾਲਾ ਦੋਦੇ ਵਾਲਾ ਹੈ ਮੇਰੇ ਵੀਰੋ, ਸੰਦੀਪ ਹੈ ਦੋਦੇ ਵਾਲਾ, ਐਨ ਤਗੜਾ ਨੰਬਰ ਜੋੜ ਗਿਆ। ਅਗਲੀ ਰੇਡ ਪਾਉਣ ਦੇ ਲਈ ਮਹਿਮਦ ਵਾਲੀ ਆ ਜੋਤਾ, ਮਹਿਮਦ ਵਾਲੀ ਆ ਜੋਤਾ ਡੱਗੋ ਵਾਲਾ ਹੈ, ਸ਼ਰਮਾ ਸੋਨੂੰ ਰਾਜਪੁਰੇ ਵਾਲਾ, ਨਿੱਕੂ ਕਲਿਆਣਾ ਵਾਲਾ। ਐਨ ਕਹਿੰਦੇ ਟੀਮ ਦੇ ਚਾਰ ਜਾਫੀ ਤਿਆਰ ਨੇ, ਆਹ ਮਹਿਮਦ ਵਾਲੀ ਆ ਜੋਤਾ ਮੇਰੇ ਵੀਰੋ, ਮਹਿਮਦ ਵਾਲੀ ਆ ਜੋਤਾ ਤਗੜਾ ਨੰਬਰ ਜੋੜ ਗਿਆ ਬਾਬਾ ਜੀ। ਥੈਂਕ ਯੂ, ਤੁਹਾਡਾ ਧੰਨਵਾਦ। ਲਓ ਰਵੀ ਦਿਓਰਾ ਭੋਲੇ ਵਾਲੀ ਆ ਬਿੱਟੂ ਵੀ ਪੁੱਜਿਆ ਹੋਇਆ। ਇਧਰ ਨਿੱਕੂ ਕਲਿਆਣਾ ਵਾਲੇ ਲਈ ਦਵਿੰਦਰ ਠੇਕੇਦਾਰ ਵੱਲੋਂ 1000 ਰੁਪਇਆ, ਰਿੰਕੂ ਕਨੇਡਾ ਸਾਰੇ ਵੀਰਾਂ ਵੱਲੋਂ, ਨਵੀ ਅਵਤਾਰ ਸਿੰਘ ਇਹ ਫੜ 1000 ਰੁਪਇਆ ਕਲਿਆਣਾ ਵਾਲੇ ਨਿੱਕੂ ਦਾ। ਬੱਗੇ ਪਿੰਡ ਵਾਲਾ ਦੁੱਲਾ, ਉਹ 3000 ਰੁਪਇਆ ਜਿਹੜਾ ਲੱਗਿਆ ਸੀਗਾ ਜੀ ਉਹ ਜਾਫੀ ਦੇ ਖਾਤੇ ਦੇ ਵਿੱਚ ਪਾ ਦਿਓ, ਬੜੀ ਮਿਹਰਬਾਨੀ ਹੋਊਗੀ। ਲਓ ਦੁੱਲਾ
ਦੁੱਲਾ ਰਾਹ ਵਿੱਚ ਬੈਠੀ ਹੋਈ ਬੋਲੀ ਜਾਣ ਕੇ ਦੁੱਲਿਆਂ ਦੇ ਟੋਕਰਾ ਚਕਾਮੀ ਆਣ ਕੇ ਚਕਾਮੀ ਆਣ ਕੇ ਇਲਾਕੇ ਦੇ ਵਿੱਚ ਗੱਲਾਂ ਹੋ ਰਹੀਆਂ ਵੀ ਬੱਗੇ ਪਿੰਡ ਵਾਲਾ ਦੁੱਲਾ ਅੱਜ ਕੋਟਲਾ ਮੇਹਰ ਸਿੰਘ ਵਾਲੇ ਆਇਆ ਹੋਇਆ ਬੱਗੇ ਪਿੰਡ ਵਾਲਾ ਦੁੱਲਾ ਅੱਜ ਕੋਟਲਾ ਮੇਹਰ ਸਿੰਘ ਵਾਲੇ ਆਇਆ ਹੋਇਆ ਆਹ ਸੰਦੀਪ ਦੋਦੇ ਵਾਲਾ ਜਿਹਨੇ ਵੱਖਰਾ ਰਿਕਾਰਡ ਬਣਾਇਆ ਹੋਇਆ ਇਹ ਸੰਦੀਪ ਹੈ ਦੋਦੇ ਵਾਲਾ ਤੇ ਲੋਕੀ ਗੱਲਾਂ ਕਰਦੇ ਆ ਵੀ ਅੱਜ ਦੁੱਲਾ ਕੋਟਲੇ ਪਿੰਡ ਆਇਆ ਹੋਇਆ ਆਹ ਸੰਦੀਪ ਦੀ ਰੇਡ ਹੈ ਮੇਰੇ ਵੀਰੋ ਲਓ ਦੋਦੇ ਵਾਲਾ ਸੰਦੀਪ ਆ ਗਿਆ ਲੈ ਵੀ ਸੰਦੀਪ ਸਿੰਘ ਜੇ ਆਹ ਪੁਆਇੰਟ ਲੈ ਗਿਆ ਨਾਲ ਕਹਿੰਦੇ ਚਿੜਕ ਵਾਲਾ ਸੁੱਖਾ ਕਬੱਡੀ ਦਾ ਸ਼ਰਾਈ 2000 ਰੁਪਇਆ ਪੁੱਜਦਾ ਕਰਦੇ ਆ ਦੋਦੇ ਵਾਲੇ ਮਹਿਮਦ ਵਾਲੀ ਜੋਤੇ ਨੇ ਕਬੱਡੀ ਭਾ ਦਿੱਤੀ ਹੈ ਹਾਂ ਮਹਿਮਦ ਵਾਲੀ ਜੋਤਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਗੁਰਵਿੰਦਰ ਹੋਣੀ ਸਾਰੀ ਫੈਮਿਲੀ ਦੇ ਨਾਲ ਅਮਰੀਕਾ ਗਏ ਹੋਏ ਆ ਆਨੰਦ ਮਾਰ ਰਹੇ ਪੰਡੇ ਹੁਣੀ ਇਕੱਠੇ ਬੈਠ ਕੇ ਅੱਜ ਦੇ ਕਬੱਡੀ ਕੱਪ ਦਾ ਸਿਰੇ ਦਾ ਮੈਚ ਆਹ ਕਲਿਆਣਾ ਵਾਲਾ ਨਿੱਕੋ ਤੇ ਸਾਹਮਣੇ ਨੌਜਵਾਨ ਗੱਭਰੂ ਮਹਿਮਦ ਵਾਲੀ ਜੋਤਾ ਨੰਬਰ ਜੋੜਦਾ ਹੋਇਆ ਇਹ ਰਵੀ ਦਿਓਰੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਅਮਰਤ ਹੈ ਨਾਲ ਕਹਿੰਦੇ ਪ੍ਰੀਤ ਹੈ ਬਾਗੇ ਪੁਰਾਣੇ ਵਾਲਾ ਕੋਟਲੀ ਵਾਲਾ ਜੀਤ ਪ੍ਰਾਰ ਚੜਿਕ ਹੋਣਾ ਦੀ ਵੱਡੀ ਸਪੋਰਟ ਅੱਜ ਬਾਗੇ ਪੁਰਾਣੇ ਦੀ ਟੀਮ ਨੂੰ ਆਹ ਸਾਹਮਣੇ ਤਕੜਾ ਨੰਬਰ ਇਸ ਦਿਓਰੇ ਦਾ ਨੰਬਰ ਰਵੀ ਦਿਓਰੇ ਦਾ ਡੱਗੋ ਰਮਾਣਾ ਤੇ ਬਾਗੇ ਪੁਰਾਣੇ ਦੀ ਟੱਕਰ ਕਹਿੰਦੇ ਐਨ ਫਸਮੀ ਹੈ ਦੁੱਲਾ ਫੇਰ ਆ ਗਿਆ ਮੇਰੇ ਵੀਰੋ ਉਧਰ ਬਜਿੰਦਰਾ ਭਿੰਡਰਾ ਵਾਲਾ ਕਹਿੰਦਾ ਵੀ ਜਿੰਨੇ ਵੀ ਜਫੇ ਡੱਗੋਰ ਮਾਰੇ ਵਾਲੇ ਲਾ ਦੇਣਗੇ ਇੱਕ ਇੱਕ ਹਜ਼ਾਰ ਲਿੱਤਾ ਜਾਵੇਗਾ ਭਿੰਡਰਾ ਵਾਲਾ ਬਜਿੰਦਰਾ ਹਰਜੀਤ ਬਰਾੜ ਦਾ ਯਾਰ ਕਿਸ ਦੁਨੀਆਂ ਤੇ ਰੋਜ਼ ਨਹੀਂ ਆਉਣਾ ਉਹ ਦਿਲ ਨੂੰ ਇਹ ਸਮਝਾ ਲਾ ਉਹ ਲੱਖਾਂ ਵਿੱਚੋਂ ਇੱਕ ਬਣਦਾ ਹੈ ਜੱਟ ਬਾਜੇ ਖਾਨੇ ਵਾਲਾ ਦੁੱਲਾ ਦੁੱਲਾ ਤੇ ਸ਼ਰਮਾ ਦੁੱਲਾ ਤੇ ਸ਼ਰਮਾ ਦੁੱਲਾ ਤੇ ਸ਼ਰਮਾ ਰਾਮ ਨੀਲਾ ਵੱਲੋਂ ਦੁੱਲਿਆ ਫੜ ਵੀ ਤੇਰੇ ਲਈ 500 ਬਲਜਿੰਦਰਾ ਭਿੰਡਰ ਗੁਰਮੀਤ ਗੁੱਸਾ ਤੇ ਸੁੱਖੇ ਚਰਿਕ ਵੱਲੋਂ ਫੜ ਨੌਜਵਾਨ ਇਹ ਮਾਇਆ ਦੇ ਗੱਫੇ ਤੇਰੇ ਲਈ ਆਇਆ ਗਾਂਦਰਾ ਵਾਲਿਆ ਸਾਹਮਣਾ ਦੋਦੇ ਵਾਲੇ ਸੰਦੀਪ ਦੀ ਕਬੱਡੀ ਹੈ ਇਹ ਕਹਿੰਦੇ ਘੋੜੇ ਦਾ ਵੀਰ ਹੈ ਇਹ ਘੋੜੇ ਦਾ ਵੀਰ ਹੈ ਮੇਰੇ ਵੀਰੋ ਇਹ ਰੁਪਿੰਦਰ ਦੇ ਪਿੰਡ ਦਾ ਇਹ ਨੇਕੀ ਦਾ ਪੋਤਾ ਹੈ ਇਹ ਦੁਨੀਆ ਦਾ ਸਟਾਰ ਹੈ ਇਹ ਬਾਜ ਵਾਂਗੂ ਪੈਲ ਪਾਉਂਦਾ ਨਾ ਤੇ ਸੋਹਣਾ ਲੱਗਦਾ ਮੇਰੇ ਪੰਜਾਬੀ ਵੀਰੋ ਆਹ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਅੰਮ੍ਰਿਤ ਫਤਿਹਗੜ੍ਹ ਛੰਨਾ ਲਓ ਇਸ਼ਾਰਾ ਕੀ ਹੈ ਵੀ ਪੁਆਇੰਟ ਦੋਦੇ ਵਾਲੇ ਸੰਦੀਪ ਦਾ ਦਿਆਲਪੁਰ ਵਾਲਾ ਧੰਨੋ ਤੁਸੀਂ ਜਿਹੜੇ ਪਲ ਪਲ ਦਾ ਫੈਸਲਾ ਕਰਦੇ ਹੋ ਜੱਜ ਵੀ ਟਾਈਮ ਲਾਉਂਦਾ ਜੇ ਕੋਈ ਮੇਰੇ ਵੀਰੋ ਫੈਸਲਾ ਕਰਨਾ ਹੋਵੇ ਔਰ ਇਹ ਉਹ ਜਿਹੜੀ ਅਦਾਲਤ ਹੈ ਜਿਹੜੀ ਅੱਖ ਝਮਕਦੇ ਮੇਰੇ ਵੀਰੋ ਫੈਸਲਾ ਕਰਨਾ ਪੈਂਦਾ ਜੇ ਕੋਈ ਮਾੜਾ ਮੋਟਾ ਇੱਧਰ ਹੋ ਗਿਆ ਫਿਰ ਗੱਲ ਕਸੂਤੀ ਵੀ ਹੋ ਜਾਂਦੀ ਹੈ ਰਾਜਪੁਰੇ ਵਾਲਾ ਸੋਨੂ ਡੱਗੋ ਰਮਾਣੇ ਦੀ ਟੀਮ ਦੇ ਲਈ ਐਨ ਬੱਲੇ ਬੱਲੇ ਕਰਵਾ ਰਿਹਾ ਇਹ ਸੋਨੂ ਹੈ ਰਾਜਪੁਰੇ ਵਾਲਾ ਜਿਹੜਾ ਜੋਤੇ ਨੂੰ ਜਫਾ ਲਾ ਰਿਹਾ ਪੰਪ ਬਾਜਰੇ ਤੇ ਸੋਨੋ ਦੇ ਲਈ 500 ਰੁਪਇਆ ਬਾਈ ਕਹਿੰਦੇ ਰੁਮਾਲ ਦੁਪੱਟੇ ਘੁਮਾ ਰਿਹਾ ਉਹ ਕੋਟਲੇ ਦੇ ਕਾਪਲਾ ਨਜ਼ਾਰਾ ਆ ਰਿਹਾ ਦਰਸ਼ਕ ਵੀਰੋ ਇਹ ਨਜ਼ਾਰਾ ਵਧੀਆ ਰੇਕੂ ਕਨੇਡਾ ਸੁੱਖ ਕਨੇਡਾ ਤੇ ਕਾਢੀ ਕਨੇਡਾ ਵੱਲੋਂ 500 ਰੁਪਇਆ ਮੇਰੇ ਵੀਰੋ ਜਾਫੀ ਦੇ ਲਈ ਸੋਨੂ ਰਾਜਪੁਰੇ ਵਾਲੇ ਦੇ ਲਈ ਆਇਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਆਓ ਜਾਂਦਾ ਨੌਜਵਾਨ ਅਗਲਾ ਮੈਚ ਜੋਗੇਵਾਲ ਤੇ ਬਰਨਵਾਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਗੁੱਸੇ ਵਾਲਾ ਗੁਰਮੀਤ ਆਇਆ ਹੋਇਆ ਦਸਤਾਰ ਸਜਾਈ ਹੋਈ ਹੈ ਯਾਰੀ ਜੱਟ ਦੀ ਫੁੱਟੇ ਚ ਕੱਢੇ ਕਿੱਲ ਵਰਗੀ ਉਹ ਯਾਰੀ ਹੈ ਕਹਿੰਦੇ ਬਲਜਿੰਦਰੇ ਭਿੰਡਰ ਦੇ ਨਾਲ ਪਰ ਸਾਹਮਣੇ ਵੇਖਦਾ ਵੀ ਇਸ ਵੇਲੇ ਬਾਗੇ ਪਿੰਡ ਵਾਲੇ ਦੁੱਲੇ ਦੀ ਕਬੱਡੀ ਵਾਹ ਦੁੱਲਿਆ ਇਧਰ ਸੋਨੂ ਰਾਜਪੁਰੇ ਵਾਲੇ ਦੇ ਲਈ ਬਲਜਿੰਦਰਾ ਭਿੰਡਰ ਗੁਰਮੀਤ ਗੁੱਸਾ ਤੇ ਚੜਕ ਵਾਲੇ ਸੁੱਕੇ ਵੱਲੋਂ 1000 ਰੁਪਈਏ ਮੇਰੇ ਵੀਰੋ ਭਿੰਡਰਾ ਵਾਲਾ ਬਲਜਿੰਦਰਾ ਤੇ ਗੁਰਮੀਤ ਗੁੱਸੇ ਵਾਲਾ ਤਕੜਾ ਖਿਡਾਰੀ ਹੈ ਆਪਣੇ ਸਾਰੇ ਨਾਲ ਹੀ ਭਰਾ ਮੇਰੇ ਵੀਰੋ ਇੱਧਰ ਵੀਰ ਬੈਠੇ ਹੈ ਐਨ ਕਹਿੰਦੇ ਜੇਬਾਂ ਭਰੀਆਂ ਹੋਈਆਂ ਨੇ ਵੀ ਕੋਈ ਖਿਡਾਰੀ ਦਾ ਮਾਨ ਸਤਿਕਾਰ ਵੱਲੋਂ ਰਹਿ ਨਾ ਜਾਵੇ ਕੋਈ ਖਿਡਾਰੀ ਮਾਨ ਸਤਿਕਾਰ ਵੱਲੋਂ ਰਹਿ ਨਾ ਜਾਵੇ ਲਓ ਦੋਦੇ ਵਾਲਾ ਸੰਦੀਪ ਪਹਿਲਾ ਸੈਮੀ ਫਾਈਨਲ ਇਸ ਵੇਲੇ ਕੋਟਲੇ ਦੇ ਕਬੱਡੀ ਕੱਪ ਦਾ ਐਨ ਦੁਨੀਆਂ ਦੇ ਵਿੱਚ ਧੁੰਮ ਪਈ ਹੋਈ ਹਾਂ ਸੰਦੀਪ ਹੈ ਦੋਦੇ ਵਾਲਾ ਸੰਦੀਪ ਹੈ ਦੋਦੇ ਦੀ ਧਰਤੀ ਦਾ ਮੇਰੇ ਵੀਰੋ ਆਜ਼ਾਦ ਕਬੱਡੀ ਕਲੱਬ ਵਾਲਿਆਂ ਨੂੰ ਮਾਣ ਹੈ ਆਜ਼ਾਦ ਕਬੱਡੀ ਕਲੱਬ ਫਰੀ ਨੂੰ ਘੱਲ ਕਲਾਂ ਦੀ ਟੀਮ ਦੇ ਲਈ ਸਿਰੇ ਦਾ ਖਿਡਾਰੀ ਮੇਰੇ ਵੀਰੋ ਪਿੰਡਰਾ ਵਾਲੇ ਬਲਜਿੰਦਰੇ ਉਹਨਾਂ ਦੀ ਵੱਡੀ ਸਪੋਰਟ ਪਿੰਡੇ ਬਰਾੜ ਉਹਨਾਂ ਦੀ ਆਓ ਸਾਹਮਣੇ ਕਬੱਡੀ ਨੌਜਵਾਨ ਪਾਉਣ ਦੇ ਲਈ ਮਹਿਮਦ ਵਾਲੀ ਆ
ਬਲਜਿੰਦਰ ਭੈਂਡਰ ਗੁਰਮੀਤ ਗੁੱਸਾ ਸੁੱਖਾ ਚਿੜਕ ਤੇ ਝਿੜਕ ਵਾਲਾ ਬਿੱਲਾ ਵੀ ਪੁੱਜਾ ਹੋਇਆ ਨਾਲ ਕਹਿੰਦੇ ਸੁੱਖਾ ਚਿੜਕ ਆਇਆ ਐਨ ਮੇਰੇ ਵੀਰੋ ਖੇਡ ਕਬੱਡੀ ਤੇ ਇਹ ਉਹ ਪ੍ਰਮੋਟਰ ਨੇ ਜਿਨ੍ਹਾਂ ਨੇ ਘਰ ਲਾਇਆ ਮੇਰੇ ਵੀਰੋ ਘਰ ਲਾਇਆ ਸਾਹਮਣੇ ਪ੍ਰੀਤ ਕੋਸ਼ੇ ਕਰ ਰਿਹਾ ਮੇਰੇ ਵੀਰੋ ਤੇ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਬੱਗੇ ਪਿੰਡ ਵਾਲਾ ਦੁੱਲਾ ਲੈ ਦੀਪਾ ਭਾਗੀ ਗਏ ਵਾਲਿਆ ਕਰਦੇ ਫੋਨ ਪਿੰਡੇ ਨੂੰ ਵੀ ਆਹ ਮੈਂ ਤੇ ਨਜ਼ਾਰੇ ਵਾਲਾ ਹੈ ਮੇਰੇ ਵੀਰੋ ਦੁੱਲਾ ਦੁੱਲਾ ਫੇਰ ਆ ਗਿਆ ਬੱਗੇ ਪਿੰਡ ਵਾਲਾ ਦੁੱਲਾ ਨੌਜਵਾਨ ਗੱਭਰੂ ਕਬੱਡੀ ਪਾਉਣ ਦੇ ਲਈ ਥੋੜਾ ਕੀਤਾ ਕੱਛਾ ਤਾਂ ਨੂੰ ਨੌਜਵਾਨ ਗੱਭਰੂ ਸਹਿਮ ਹੋ ਜੇ ਤੋਂ ਆਇਆ ਪਹਿਲਾਂ ਗੱਲ ਹੋਈ ਵੀ ਮੁੰਡਾ ਅਮਰੀਕਾ ਤੋਂ ਆਇਆ ਕੋਈ ਕੈਨੇਡਾ ਤੋਂ ਖੇਡਣ ਦੇ ਲਈ ਆਉਂਦਾ ਕੋਈ ਇੰਗਲੈਂਡ ਤੋਂ ਖੇਡਣ ਦੇ ਲਈ ਆਉਂਦਾ ਕੋਈ ਯੂਰਪ ਉਧਰ ਰਾਮ ਲੀਲਾ ਤੇ ਸਤਨਾਮ ਵੱਲੋਂ ਕਹਿੰਦੇ ਦੁੱਲੇ ਦੇ ਲਈ 500 ਰੁਪਈਆ ਵੀਰ ਇੱਧਰ ਕੋਚ ਸਾਹਿਬ ਨੂੰ ਇਹ ਪੁੱਛਦੇ ਕਰਦੀ ਇਹ ਕੋਚ ਸਾਹਿਬ ਨੇ ਪੁੱਛਦੇ ਕਰਦੀ ਨਾ ਉਹ ਸੰਦੀਪ ਦੋਦੇ ਵਾਲਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਖੇਡ ਕੋਟਰੀ ਵਿੱਚ ਬੜਾ ਨਾਂ ਸੰਦੀਪ ਦਾ ਤਕੜਾ ਹੈ ਧਾਵੀ ਮੁੰਡਾ ਅੱਜ ਦੀ ਤਰੀਕ ਦਾ ਇਹ ਖੇਡ ਦੇ ਮੈਦਾਨਾਂ ਵਿੱਚ ਬਾਜ ਵਾਂਗੂ ਬੁੱਕਦਾ ਉਹ ਵੱਡੇ ਵੱਡੇ ਜਾਫੀਆਂ ਤੋਂ ਘੱਟ ਹੀ ਰੁਕਦਾ ਇਹ ਵੱਡੇ ਵੱਡੇ ਜਾਫੀਆਂ ਤੋਂ ਘੱਟ ਮੁੰਡੇ ਦੀ ਚੜ੍ਹਾਈ ਹੈ ਮੈਂ ਸਵਾਗਤ ਮੈਚ ਵਧੀਆ ਲੱਗਿਆ ਉਹ ਟਕੋਰ ਮਾਣਾ ਫਾਈਨਲ ਦੇ ਵਿੱਚ ਪੁੱਜ ਗਈ ਮੇਰੇ ਉਹ ਮੈਚ ਵਧੀਆ ਲੱਗਿਆ ਦੁਨੀਆ ਖੁਸ਼ ਹੈ ਅਗਲੇ ਮੈਂ ਜੋਧਾ ਵਾਲਾ ਰਾਣਾ ਵੀ ਸੱਦੇ ਦੇ ਰਿਹਾ ਮੇਰੇ ਵੀਰੋ ਪਿੰਡੇ ਹੋਣੀ ਸਾਰੇ ਭਰਾ ਨੇ ਜਿਹੜੇ ਗੁਰਵਿੰਦਰ ਹੋਣੀ ਦੇਵ ਹੋਣੀ ਹਾਂ ਉਧਰਲੇ ਪਾਸੇ ਵੀਰ ਦੇ ਦੇਣਗੇ ਜੀ ਬੜੀ ਮਿਹਰਬਾਨੀ ਹੈ ਸੈਕਿੰਡ ਸੈਮੀ ਫਾਈਨਲ ਜੋਗੇ ਵਾਲਾ ਤੇ ਬਰਡਵਾਲ ਉਧਰ ਇਕਬਾਲ ਪ੍ਰਧਾਨ ਵੱਲੋਂ ਜਿੰਨੀ ਵੀ ਸੰਗਤ ਆਈ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਇਕਬਾਲ ਪ੍ਰਧਾਨ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਅਮਨ ਸਰਪੰਚ ਵੱਲੋਂ ਸ਼ਰਨੇ ਦੇ ਲਈ ਵੱਡੇ ਮਾਨ ਸਨਮਾਨ ਚੱਲ ਠੀਕ ਹੈ ਤੇਰਾ ਚੱਲਦਾ ਇਹ ਧੱਕਾ ਤੂੰ ਤਾਂ ਕਰਦਾ ਪ੍ਰਧਾਨ ਆਹ 3000 ਰੁਪਇਆ ਪਿੰਡਰ ਜਿਹੜਾ ਦੁੱਲੇ ਦੀਆਂ ਰੇਡਾਂ ਤੇ ਲਾਇਆ ਸੀਗਾ ਉਹ ਨਿੱਕੂ ਦੇ ਲਈ ਪੁੱਜਾ ਕਰਾ ਦਿਓ ਸਾਡੇ ਸੁਖਰਾਜ ਰੋਡੇ ਤੇ ਬਸੰਤ ਰਾਜਾ ਖਾਨਾ ਪੜਾਓ ਚੁੱਕਿਆ ਵੀ ਛੁੱਟੀ ਨਹੀਂ ਇੱਧਰ ਤੇ ਧੱਕਾ ਚੱਲਦਾ ਸਾਡਾ ਲੈ ਵੀ ਪ੍ਰਧਾਨ ਜਿੰਨਾ ਟਾਈਮ ਯਾਦਾਂ ਮੇਲਾ ਸਫਲ ਹੈ ਫਾਈਨਲ ਦੋਨੇ ਫਾਈਨਲ ਦੀਆਂ ਟੀਮਾਂ 75 ਦੀਆਂ ਵੀ ਤੇ ਓਪਨ ਦੀਆਂ ਵੀ ਜਲਦੀ 75 ਵਾਲੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀ 75 ਫਾਈਨਲ ਇਹ ਤਾਂ ਦੂਜਾ ਸੈਮੀ ਹੋਊਗਾ ਆਪਾਂ ਅਗਲੀ ਵਾਰੀ ਲੰਮਾ ਸੋਚ ਰਹੇ ਹਾਂ ਆਓ ਜੀ ਬਸੰਤ ਜੀ ਤੇ ਸੁਖਰਾਜ ਸੁਖਰਾਜ ਰੋਡਿਆਂ ਦਾ ਵੈਰੀ ਨਾਈਸ ਬਹੁਤ ਵਧੀਆ ਬੁਲਾਰੇ ਸਿੱਖੀ ਸਰੂਪ ਦੇ ਵਿੱਚ ਇਹਦਾ ਦਾੜੀਆਂ ਦੂੜੀਆਂ ਕਟਾਈ ਫਿਰਦੇ ਆ ਭਰਾਵੋ ਪਰ ਜਿਹਦੇ ਰਹਿਮਤ ਹੋ ਗਈ ਵਾਹਿਗੁਰੂ ਦੀ ਉਹਦੇ ਤੂੰ ਵੀ ਸਿੰਘ ਸਜ ਜਾਣਾ ਵੀਰ ਸੁਜੋਗੇ ਵਾਲਾ ਤੇ ਬਰਨਵਾਲ ਸੁਖਰਾਜ ਰੋਡੇ ਤੇ ਬਸੰਤ ਬਾਜਾ ਖਾਨਾ ਆਉਣ ਵਾਲੇ ਸਮੇਂ ਦਾ ਭਵਿੱਖ ਕਬੱਡੀ ਦੀ ਕਮੈਂਟਰੀ ਦਾ ਸਾਡੀ ਸਮੁੱਚੀ ਸੰਤ ਬਾਬਾ ਦੇਵ ਭਾਰਤੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਬੜੀ ਉੱਚੀ ਸੋਚ ਰੱਖੀ ਗਈ ਹੈ ਇਕਬਾਲ ਪ੍ਰਧਾਨ ਤੇ ਸਾਡਾ ਵੀਰ ਸਰਬਾ ਖਜ਼ਾਨਾ ਮੰਤਰੀ ਹੈ ਸਾਡੀ ਕਮੇਟੀ ਦਾ ਔਰ ਸਰਬੇ ਵੀਰ ਮੁਬਾਰਕਬਾਦ ਵੀ ਹੈ ਬੇਟੀ ਨੇ ਘਰ ਜਨਮ ਲਿਆ ਬੜੇ ਲੰਮੇ ਸਮੇਂ ਬਾਅਦ ਇਹ ਕੁੜੀਆਂ ਤੇ ਚਿੜੀਆਂ ਨੇ ਚਿੜੀਆਂ ਦਾ ਕੀ ਹੈ ਸੋ ਵੈਰੋਕਿਆਂ ਦੀ ਪ੍ਰਬੰਧਕ ਕਮੇਟੀ ਤੇ ਸਮਾਲਸਰ ਦੀ ਪ੍ਰਬੰਧਕ ਕਮੇਟੀ ਇਹ ਦੋ ਕਮੇਟੀਆਂ ਨੂੰ ਸਾਡੀ ਸਮੁੱਚੀ ਸੰਤ ਬਾਬਾ ਦੇਵ ਭਾਰਤੀ ਟੂਰਨਾਮੈਂਟ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਜੋ ਹੈ ਸਨਮਾਨ ਦਿੱਤਾ ਜਾਣਾ ਹੈ ਸੋ ਦੋਨੋਂ ਕਮੇਟੀਆਂ ਆ ਕੇ ਆਪਣਾ ਸਨਮਾਨ ਹਾਸਲ ਕਰ ਲੈਣ ਸੋ ਸਾਰੇ ਸਾਡੇ ਕਮੇਟੀ ਮੈਂਬਰ ਦਾ ਗੁਰਵਿੰਦਰ ਹੋਣਾ ਦਾ ਢੋਲਾ ਸਾਡਾ ਵੀਰ ਅੰਗਰੇਜ਼ ਤੇ ਨਾਲ ਅੰਬੀ ਤੇ ਸਰਬਾ ਤੇ ਇਕਬਾਲ ਪ੍ਰਧਾਨ ਤੇ ਹੋਰ ਕਿਹੜੇ ਕਿਹੜੇ ਸੱਜਣ ਆਪਣੇ ਗੋਪੀ ਸਰਪੰਚ ਹੋਣੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਦੂਜਾ ਸੈਮੀ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਪੁੱਜਣਗੀਆਂ ਜੋਗੇਵਾਲ ਤੇ ਬਰਨਵਾਲ ਦੁੱਲਾ ਬੱਗੇ ਪਿੰਡ ਵਾਲਾ ਤੇ ਜੋਤਾ ਮਹਿਮਦਪੁਰ
ਤੇ ਹੋਰ ਵੀ ਖਿਡਾਰੀਆਂ ਦਾ ਸਮੁੱਚੇ ਨਗਰ ਵੱਲੋਂ ਸਾਡੇ ਪਿੰਡ ਖੇਡਣ ਆਉਣ ਤੇ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਸਮੁੱਚੇ ਕਲੱਬ ਵੱਲੋਂ ਤੇ ਸਮੁੱਚੇ ਨਗਰ ਵੱਲੋਂ। ਹਾਂਜੀ ਸਰ ਜੀ, ਥੋੜੀ ਜਿਹੀ ਬਾਬਾ ਬੇਸ ਘਟਾਈ ਇਹਦੀ ਮਾਈਕ ਦੀ ਥੋੜੀ ਜਿਹੀ। ਹੈਲੋ ਹੈਲੋ ਹੈਲੋ, ਦੋਨਾਂ ਟੀਮਾਂ ਦੇ ਖਿਡਾਰੀ ਭਾਈ ਗਰਾਊਂਡ ਦੇ ਵਿੱਚ ਆ ਜਾਣ ਜਲਦੀ ਦੇ ਨਾਲ, ਰਹਿੰਦੇ ਖਿਡਾਰੀਆਂ ਨੂੰ ਬੇਨਤੀ ਹੈ ਵੀ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਹਾਂ ਵੀਰ, ਇੱਕ ਹੋਰ ਬੇਨਤੀ ਹੈ ਵੀ ਸਾਰੇ ਵੀਰ ਆਪੋ ਆਪਣੇ ਮੋਬਾਈਲ ਤੇ ਪਰਸ ਉਹਨਾਂ ਦਾ ਵੀ ਧਿਆਨ ਰੱਖਿਓ, ਮੋਬਾਈਲ ਤੇ ਪਰਸ, ਟੀਮਾਂ ਦੇ ਖਿਡਾਰੀ ਜਲਦੀ ਆ ਜਾਣ। ਇੱਕ ਮਿੰਟ ਸੁਖਰਾਜ, ਸਮਾਲਸਰ ਦੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਵੀ ਆਪਣਾ ਸਨਮਾਨ ਹਾਸਲ ਕਰ ਲੈਣ। ਸਮਾਲਸਰ ਦੀ ਕਮੇਟੀ ਨੂੰ ਸਰਦਾਰ ਗੁਰਚਰਨ ਸਿੰਘ ਜੀ, ਜੋ ਸਾਡੇ ਬਾਈ ਭੋਲੇ ਦੇ ਫਾਦਰ ਸਾਹਿਬ USA ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਆ, ਅਸੀਂ GA ਨੂੰ ਆਖਦੇ ਹਾਂ। ਔਰ ਮੈਚ ਦੀਆਂ ਦੋਨੋਂ ਟੀਮਾਂ ਜੋਗੇਵਾਲਾ ਤੇ ਬਰਨਵਾਲ ਦੋਨੋਂ ਟੀਮਾਂ ਜਲਦੀ ਦੂਜੇ ਸੈਮੀਫਾਈਨਲ ਨੂੰ ਖੇਡਣ ਦੇ ਲਈ ਗਰਾਊਂਡ ਦੇ ਵਿੱਚ ਸ਼ਿਰਕਤ ਕਰਨਗੀਆਂ। ਦੋਨੋਂ ਟੀਮਾਂ ਨੂੰ ਬੇਨਤੀ ਹੈ ਵੀ ਦੋਨੋਂ ਟੀਮਾਂ ਆਪੋ ਆਪਣੀਆਂ ਸੈਡਾਂ ਲੈ ਲੈਣ।